ਬਿਸਮਿਲ੍ਲਾਹਿਰਹਮਾਨਿਰਹੀਮ ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਨੇ ਮੈਂ ਹਾਂ ਤੁਹਾਡਾ ਮੇਜ਼ਬਾਨ ਮੁਹੰਮਦ ਜੁਵੇ ਜੋਇਆ ਤੇ ਤੁਸੀਂ ਦੇਖ ਰਹੇ ਹੋ ਪਿਆਰਾ ਪੰਜਾਬ ਟੀਵੀ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦੇ ਮਰੋ ਹੱਥ ਤਾਂ ਕਿ ਆਨੇ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਦੋਸਤਾਂ ਵੀ ਨਾ ਪ੍ਰਾਪਤ ਕਰ ਬਾ ਆਸਾਨੀ ਪਹੁੰਚੇ ਦੋਸਤੋ ਵੀਰੋ ਪ੍ਰਾਉ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਆਰਾ ਪੰਜਾਬ ਟੀਵੀ ਤੁਹਾਡੇ ਵਾਸਤੇ ਅਨਮੋਲ ਤੋਹਫੇ ਲੈ ਕੇ ਆਉਂਦਾ ਇਸੇ ਤਰੀਕੇ ਨਾਲ ਅੱਜ ਦੂਜਾ ਛੋਟੀ ਦੀ ਵੀਡੀਓ ਲੈ ਕੇ ਆਏ ਆ ਦੋਸਤਾਂ ਵੀਰਾਂ ਪਰਵਾਸ ਅਗਜ਼ਰ ਸ਼ੇ ਵੀਡੀਓ ਨੂੰ ਅਵਲ ਤੋਂ ਲੈ ਕੇ ਤੇ ਐਂਡ ਤੱਕ ਸੁਣਨਾ ਤਾਂ ਕਿ ਡੰਗਰ ਦੇ ਸਾਰੇ ਡਿਟੇਲ ਦਾ ਪਤਾ ਲੱਗੇ ਜਿੰਨਾ ਦੋਸਤਾਂ ਵੀਰਾ ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵਾਸਤੇ ਖਸੂਸੀ ਦਰਖਾਸਤ ਹੈ ਆਪਣਾ ਚੈਨਲ ਪਿਆਰਾ ਪੰਜਾਬ ਟੀਵੀ ਇਹਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਲਾਈਕ ਸ਼ੇਅਰ ਦਾ ਕੋਈ ਪੈਸਾ ਨਹੀਂ ਹੁੰਦਾ ਦੋਸਤਾਂ ਵੀਰਾ ਭਰਾਵਾਂ ਦਾ ਲਾਈਕ ਸ਼ੇਅਰ ਸਾਡੀ ਹੁੰਦੀ ਹੈ ਹੌਸਲਾ ਫਜ਼ਾਈ ਤੇ ਕੈਨ ਮੈਂ ਝੋਟੀ ਦਾ ਅੰਗਨ ਦਿਖਾ ਦੇਣਾ ਮਾਸ਼ਾਅੱਲਾਰ ਬੰਦੇ ਨੇ ਪੜਨੀ ਹੈ ਮਾਸ਼ਾਅੱਲਾ ਦਰیا ستلو ਇਹਦਾ لاجواب تحفہ ਇੱਕ شکار ਹੈ 마शाल्लाह ਲਾਲ ਜਿਹੜੇ ਨੇ ਉਹ ਗੋਦ ਲੈ ਸਾਬ ਜਾਂਦੇ ਨੇ ਤੇ ਪਿਓ ਨੀਲੀ ਦੇ ਦੂਜਾ ਵਾਰਾ ਲੈ ਕੇ ਆਇਆ ਤੇ 마शाल्लाह ਮੱਥੇ ਤੋਂ ਰਹੀਏ ਬੱਲੇ ਚਿੱਟੀ ਸੋ ਫਾਇਦਾ ਕਿ ਜਿਵੇਂ એનર્ਜੀ ਬਲ ਮਾਜਦਾ ਟਾਈ ਤੋਂ 3 ਫੁੱਟ ਲੰਮੀ ਕਰਦੇ ਨੇ ਤੇ 마शाल्लाह ਚਾਚਾ ਜਿਹੜਾ ਕੰਨ ਮੱਥੇ ਤੋਂ ਬੱਲੀ ਨਿੱਕੀ ਜੀ ਵਖੀਏ ਹੱਥ ਰੱਖਿਆ ਵਖੀਲ ਉਕਦੀਏ ਤੇ ਤੁਨੇ ਕੋਲੇ ਦਾ ਨਾਮ ਨਿਸ਼ਾਨੀ ਕੋੜੇ ਦੇ ਸੁੰਭਾਂ ਰੰਗੇ ਪੈਰ ਨੇ ਲੈਣ ਦੇ ਨੇ ਹੁੰਦੇ ਨੇ ਮੁਕਦਰ ਤੇ ਗੱਲਾਂ ਨਾ ਨਹੀਂ ਪਿਆਰਾ ਪੰਜਾਬ ਟੀਵੀ ਦੋਸਤਾਂ ਵੀਰਾ ਭਰਾਵਾਂ ਵਾਸਤੇ ਲਾਜਵਾਬ ਹੀਰੇ ਲੈ ਕੇ ਆਂਦਾ ਇਹਨੂੰ ਕਹਿੰਦੇ ਨੇ ਸੂ ਵਾਲਾ ਡੋਡਾ ਚੱਕਣਾ ਮਾਸ਼ਾਅੱਲਾ ਰੋਗ ਰੋਗ ਦਾ ਥਾਣੇ ਤੇ ਬੜਾ ਪਾਵਰ ਵਾਲਾ ਗੁੱਲਾ ਹੈ ਮੋਟਾ ਮੋਟਾ ਗੁੱਲਾ ਤੁੰਨੀ ਤੋਂ ਲਾ ਕੇ ਤੇ ਸੂਤ ਕਰ ਹਵਾਨਾ ਤੇ ਮਾਸ਼ਾਅੱਲਾ ਹਰ ਬੰਦੇ ਰ ਪੜਨੀ ਐ ਇਹ ਨੀਲੀ ਦੇ ਬਟਨ ਡਰਾ ਨਾ ਪਾਉ ਕੈਮਰੇ ਡਰਦੀ ਨੀਲੀ ਦੇ ਬਟਨ ਆ ਬਿਲਕੁਲ ਵਾਜਾ ਨਜ਼ਰ ਆਈ ਜਾਂਦੇ ਨੇ ਤੁਨੇ ਗਾਲੀ ਦਾ ਨਾਮੋ ਨਿਸ਼ਾਨੀ ਨਿੱਕੀ ਜਿਹੀ ਵਖੀਏ ਹੱਥ ਰੱਖਿਆ ਵਖੀ ਲੁਕਦੀ ਏ ਹਰ ਚੀਜ਼ ਕੈਮਰੇ ਦੀ ਨਜ਼ਰ ਅੱਲਾਹ ਤਾਲਾ ਨੇ ਬੜਾ ਪਾਵਰ ਵਾਲਾ ਗੁੱਲਾ ਲਾਇਆ ਮਾਸ਼ਾਅੱਲਾ ਜਿਵੇਂ ਪੀੜੀ ਨੂੰ ਪਾਵੇ ਲੱਗੇ ਹੁੰਦੇ ਨੇ ਲੈਣ ਦੇ ਲੱਦੇ ਨੇ ਮੁਕੱਦਰ ਤੇ ਬਾਕੀ ਜਿਹੜੀ ਗੱਲਬਾਤ ਏ ਉਹ ਕਰਾਂਗੇ ਮਾਲਕ ਨਾਲ ਸਾਂਝੀ ਤੇ ਚੱਲਦੇ ਫਿਰਦੇ ਝੋਟੀ ਨਜ਼ਰ ਆਉਣੇ ਚਾਹੀਦੇ ਛੜਪਾ ਉਥੋਂ ਇਹਨੇ ਨਾ ਫਾਇਲਾ ਗਾਣੀ ਤੋਂ ਕੋ ਕੈਮਰੇ ਡਾੜ ਦिए ਫਿਰ ਪੱਜੇ ਨਾ ਆਸ ਆਸ ਤਾ ਤੋ ਨਹੀਂ ਮਾਸ਼ਾਅੱਲਾ ਪੂਰੇ ਫੁੱਲ ਖੂਨ ਪੇ ਤੇ ਚੇ ਬਰੇਕ ਧਾਗੇ ਰੰਗੀ ਪੂਛੇ ਭਾਵੇਂ ਬਲੇਟ ਕੇ ਜੇਬ ਚ ਪਾ ਲੋ ਇੱਕ ਢੱਡੀ ਦੀ ਮਾਲਕ ਐ ਇਹਨੂੰ ਕਹਿੰਦੇ ਜੀ ਕੁਆੜਾ ਢੱਡੀ ਫੁੱਲ ਖੂਨ ਪੇ ਤੇ ਮਾਸ਼ਾਅੱਲਾ ਹਾਥੀ ਜੀ ਦੀ ਮੱਝ ਲੈਣ ਦੇ ਨੂੰ ਦੇ ਨੇ ਮੁਕੱਦਰ ਲੈਣੀ ਸਾਡੇ ਉਸ ਵੀਰ ਨੇ ਜਿੰਦੇ ਹੋਈ ਮੁਕੱਦਰਾ ਚ ਚੱਲਦੇ ਫਿਰਦੇ ਦੋਸਤਾਂ ਵੀਰਾਂ ਭਰਾਵਾਂ ਦੇ ਸਾਹਮਣੇ ਆ ਤੇ ਬਾਕੀ ਜਿਹੜੀ ਗੱਲ ਬਾਤ ਲਿਆ ਭਾਈਆਂ ਉਹ ਕਰਾਂਗੇ ਮਾਲਕ ਦੇ ਨਾਲ ਵੀ ਕਿੰਨਾ ਵਾਰਾ ਡਿਲੀਵਰ ਕਰੇਗੀ ਕਿੰਨੇ ਦਿਨ ਲੈਂਦੀ ਏ ਤੇ ਕੀ ਆਂਦੀ ਡਿਮਾਂਡ ਏ ਹਰ ਚੀਜ਼ ਦੀ ਗੱਲਬਾਤ ਹੋਵੇਗੀ ਮਾਲਕ ਦੇ ਨਾਲ ਚੱਲਦੇ ਫਿਰਦੀ ਮਾਸ਼ਾਅੱਲਾ ਨਵਾਬਾਂ ਵਾਲੀ ਟੋਰ ਪੰਡਾਂ ਲਾਈ ਖੜੀ ਏ ਪੰਡਾਂ ਨੇ ਮਸ਼ਕਾਂ ਲਾਈ ਖੜੀ ਏ ਹਰ ਚੀਜ਼ ਕੈਮਰੇ ਦੀ ਨਜ਼ਰ ਏ ਹੁਣ ਬਾਕੀ ਜਿਹੜੀ ਗੱਲਬਾਤ ਏ ਉਹ ਕਰਾਂਗੇ ਮਾਲਕ ਦੇ ਨਾਲ ਅਸਲਾਮੁਅਲੈਕਮ ਜੀ ਵਾਲੈਕਮ ਅਸਲਾਮ ਜੀ ਕੀ ਹਾਲ ਹੈ ਭਾਈ ਠੀਕ ਠਾਕ ਜੀ ਅਲਹਮਦੁਲਿਲਾ ਅੱਛਾ ਭਾਈ ਜਿਹੜੀ ਹੈ ਨਾ ਆਪਣੀ ਹਰ ਗੱਲ ਦੀ ਹੁੰਦੀ ਪਈ ਹੈ ਰਿਕਾਰਡਿੰਗ ਹਾਂਜੀ ਕੱਲ ਨੂੰ ਸਾਡਾ ਕੋਈ ਦੋਸਤ ਵੀਰ ਪਰਾ ਆ ਕੇ ਸਾਨੂੰ ਇਹ ਨੇ ਕਹੇ ਕਿ ਤੁਸੀਂ ਵੀਡੀਓ ਬਣਾਈ ਸੀ ਇਹ ਗੱਲਾਂ ਕੀਤੀਆਂ ਨੇ ਗੱਲ ਹੋਣੀ ਚਾਹੀਦੀ ਹੈ Ориਜਨਲ ਜਿਹਨੂੰ ਕਹਿੰਦੇ ਨਾ ਲੋਹੇ ਤੋੜ ਉਹ ਗੱਲ ਹੋਣੀ ਚਾਹੀਦੀ ਹੈ ਗੱਲ 'ਚ ਫਰਕ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਛੋਟੀ ਕੈਮਰਾਮੈਨ ਦਹਾਂ ਦਾ ਵਿਆ ਜੀ ਜੀ ਇਹ ਇਸ ਟਾਈਮ ਕਿੰਨਵਾ ਵਾਰਾ ਇਹਨੇ ਡਿਲੀਵਰ ਕਰਨਾ ਹੈ ਦੂਸਰਾ ਵਾਰਾ ਮਾਸ਼ਾਅੱਲਾ ਜੀ ਦੂਸਰਾ ਵਾਰਾ ਪੱਕਾ ਜੈਨਮਨ ਦੂਸਰਾ ਪੱਕਾ ਦੂਸਰਾ ਜੈਨਮਨ ਠੀਕ ਹੋ ਗਿਆ ਇਹ ਤੇ ਅੱਛਾ ਮੇਰਾ ਵੀਰ ਇਹ ਕਿੰਨੇ ਦਿਨ ਲੱਗ ਜਾਏਗੀ ਇਹ ਲੈਂਦੀ 8 ਤੋਂ 10 ਦਿਨ ਲਵੇਗੀ ਅੱਛਾ ਇਹ 8 ਤੋਂ 10 ਦਿਨ ਲਵੇਗੀ ਹਾਂਜੀ ਠੀਕ ਹੋ ਗਿਆ ਮਾਸ਼ਾਅੱਲਾ ਜੀ ਫੋਟੋ ਹਵਾਨਾ ਚੋੜਾ ਹੈ ਅੱਧਾ ਦਾ ਫੋਟੋ ਹਵਾਨਾ ਬਾਹਰ ਹੈ ਬੜਾ ਪਾਵਰ ਵਾਲਾ ਗੁੱਲਾ ਹੈ ਹਰ ਚੀਜ਼ ਕੈਮਰੇ ਦੀ ਨਜ਼ਰ ਹੈ ਅੱਛਾ ਇਹ ਇਹ ਕਿੰਨੇ 8 ਦਿਨ ਲੈ ਜਾਏਗੀ 8 ਦਿਨ ਲੈ ਜਾਏਗੀ ਅੱਛਾ ਮੇਰਾ ਵੀਰ 8 ਦਿਨਾਂ ਦੇ ਵਿੱਚ ਜੀ ਇਹ ਆ ਸੂ ਵਾਲਾ ਡੋਡਾ ਚੱਕ ਜਾਏਗੀ

ਅੱਛਾ ਇਹਦਾ ਪਹਿਲੇ ਸਵੇਰੇ ਦਾ ਕੀਰ ਕਾਰ ਸੀ ਦੁੱਧ ਦਾ ਪਹਿਲੇ ਸਵੇਰੇ ਦਾ 14 ਕਿਲੋ ਮੈਂ ਪੱਕਾ ਦੁੱਧ ਦੇ ਪਰੰਗਾਂ ਨੂੰ ਅੱਛਾ ਜੀ 14 ਲੀਟਰ ਪੱਕਾ ਦੁੱਧ ਦੋ ਪਹਿਲਣ ਕਰਦੀ ਰਹੀ ਏ ਹੁਣ ਇਹਨੇ 14 ਕਿਲੋ ਮੈਂ ਪੂਰੇ ਡੱਬੇ ਮਿੰਨਕ ਮੈਂ ਦਿੰਦੀ ਆਪਨੇ ਘਰ ਦੀ ਆਉਣੇ ਵਾਰ ਠੀਕ ਹੋ ਗਿਆ ਜੀ ਆਪਣੇ ਘਰ ਦੀ ਮੱਝ ਆਈ 14 ਲੀਟਰ ਪੱਕਾ ਡੱਬਾ ਮਾਰ ਕੇ ਕਰਦੀ ਰਹੀ ਏ ਤੇ ਅੱਜ ਕੀ ਇਹਨੇ ਵਾਰ ਸੋਣਾ ਦੂਜਾ ਤੇ ਅੱਜ ਕੀ ਕਿੰਨਾ ਕਰੇਗੀ ਦੁੱਧ ਅੱਜ ਕੀ ਮੈਂ ਤੇ 18-20 ਸਿਰ ਨੇ ਆਇਆ ਤੁਹਾਾਰੇ ਜੀ ਆਪਨੇ ਅੱਛਾ ਇਹ 18-20 ਸਿਰ ਇਹ 16 ਸੇ ਰਹਾ ਇਹ 18 18 ਪੱਕਾ ਕਰ ਜਾਏਗੀ ਆਰਾਮ ਨਾਲ ਸਕੂਨ ਨਾਲ ਜਿਹੜੀ ਮੈਂ ਉਹਦਾ ਮੈਂ ਅੱਲਾ ਮੈਂ ਉਹ ਮੈਂ ਇਨਵਾਰ ਕੰਮ ਚੰਗਾ ਮੈਂ ਸਾਡੀ ਅੱਲਾ ਖੈਰ ਕਰੇਗੀ ਅੱਛਾ ਇਹ 18 ਲਿਟਰ ਕਰ ਜਾਏਗੀ ਅਗਰ ਦੁੱਧ ਹੁੰਦਾ ਪਾਇਦਾ ਜੀ ਦੁੱਧ ਹੁੰਦਾ ਕਿਸਮਤ ਦਾ ਅੱਛਾ ਮੇਰਾ ਵੀਰ ਹੁਣ ਨਾ ਇਹਦਾ ਮੁਹੱਬਤਾਂ ਵਾਲੀ ਡਿਮਾਂਡ ਕਰਨੀ ਹੈ ਪੰਡਾ ਨਹੀਂ ਮੰਨੀਆਂ ਸਾਡੇ ਦੋਸਤ ਵੀਰ ਬਰਾ ਡਰਾਉਣੇ ਨਹੀਂ ਦੇ ਮੁਹੱਬਤਾਂ ਦੀ ਡਿਮਾਂਡ ਜਿੱਥੋਂ ਤੇ ਕਰਾ ਬ ਚੋਟੀ ਦੇ ਲਈਏ ਜੀ ਬਾਜੀ ਚੋਟੀ ਦਾ ਮੁੱਲ ਕਰਨਾ ਹੈ 5 ਲੱਖ ਰੁਪਈਆ ਅੱਛਾ ਜੀ ਮੁੱਲ ਲੈਂਦਾ ਹੈਗਾ ਇਹ 5 ਲੱਖ ਰੁਪਈਆ ਇਹਨਾਂ ਚੋਂ ਸਾਡੇ ਆਉਣ ਦਾ ਤੇ ਸਾਡੇ ਦੋ ਸਵੀਰ ਭਰਾ ਆਉਣ ਦਾ ਕੀ ਪਿਆਰ ਮੁਹੱਬਤ ਕਰੇਗਾ ਪੱਕਾ ਪਿੜਾਇਆ ਮੋਲ ਕਰ ਵੀ ਮੋਲ ਬਸਾਲ ਇੱਥੋਂ ਤੱਕ ਰਵਾ ਚੋਟੀ ਫਾਈਨਲ ਦੇਾਂਗੇ ਪੌਣੇ 5 ਲੱਖ ਦੀ ਮੈਂ ਵੇਚਾਂ ਪਾ ਘੜ ਨਹੀਂ ਵੇਚਣੇ ਸਭ ਅੱਛਾ ਜੀ ਪੌਣੇ 5 ਲੱਖ ਰੁਪਇਆ ਯਾਨੀ ਕਿ 4 ਲੱਖ ਤੇ 75 ਹਜ਼ਾਰ ਰੁਪਇਆ ਯਾਨੀ ਕਿ ਫਾਈਨਲ ਇਹਦਾ ਰੇਟ ਹੈ ਹਾਂਜੀ ਠੀਕ ਹੋ ਗਿਆ ਮੇਰਾ ਵੀਰ ਇਹਦੇ ਵਿੱਚ ਕੋਈ ਸਾਡੇ ਰੰਗੇ ਦੋ ਸਵੀਰ ਭਰਾ ਜਿਹੜੇ ਦੂਰੋਂ ਆਂਦੇ ਨੇ ਇੰਨੇ ਜੇ ਕੋਈ ਚਾਹ ਪਾਣੇ ਯੱਕ ਪੈਟਰੋਲ ਕੁ ਥੋੜੀ ਬਹੁਤੀ ਮੁਹੱਬਤ ਕਿਉਂ ਜਿਹੜਾ ਹੈ ਨਾ ਮਾਲ ਵੇਚ ਜੋ ਕਸਮ ਨਹੀਂ ਚੱਕਣੀ ਚਾਹੀਦੀ ਬੰਦੇ ਨੂੰ ਥੋੜਾ ਬਹੁਤਾ ਪਿਆਰ ਮੁਹੱਬਤ ਕਰਨਾ ਵੀ ਆ ਜਾਣਾ ਥੋੜਾ ਬਹੁਤਾ ਤੁਹਾਨੂੰ ਪੰਜ ਮੁੱਲ ਕੀਤਾ ਪੌਣੇ ਪੰਜ ਦੀ ਆ ਕੀ 5000 ਹੋਰ 6500 ਹੈ ਗੱਲ ਠੀਕ ਹੋ ਗਿਆ ਇਹ ਲਓ ਇਹ ਜਿਹੜੇ ਦੋਸਤ ਵੀਰ ਭਰਾ ਦੇ ਹੋਵੇ ਅੱਲਾਹ ਤਾਲਾ ਕਰੇਗਾ ਮੁਕੱਦਰਾਂ ਜੋ ਉਹਦੇ ਨਾਲ 5000 ਦਾ ਪਿਆਰ ਮੁਹੱਬਤ ਹੋਰ ਵੀ ਹੋ ਜਾਏਗਾ ਤੇ ਫਾਈਨਲ ਜਿਹੜਾ ਇਹਦਾ ਰੇਟ ਹੈਗਾ 4 ਲੱਖ ਤੇ 70000 ਰੁਪਿਆ ਫਾਈਨਲ ਰੇਟ ਹੈਗੇ ਪਿਓ ਨੀਲੀ ਦੀ ਸ਼ਹਜ਼ਾਦੇ ਝੋਟੀ ਦਾ ਜਿਹੜੇ ਸਾਡੇ ਦੋਸਤ ਵੀਰ ਭਰਾ ਨੂੰ ਇਹ ਪਿਓ ਨੀਲੀ ਦੀ ਸ਼ਹਜ਼ਾਦੇ ਝੋਟੀ ਚਾਹੀਦੀ ਹੋਵੇ ਉਹ ਆਪਣੇ ਨਾਲ ਕਰ ਸਕਦਾ ਰਾhta ਆਪਣਾ WhatsApp ਨੰਬਰ ਹੁੰਦਾ 0300 ਪੂਰਾ 426285 ਇਹੋ ਆਪਣਾ WhatsApp ਤੇ ਇਮੋ ਦਾ ਨੰਬਰ ਹੈ ਇਸੇ ਨੰਬਰ ਤੇ ਕਰਨਾ ਰਾhta ਮਿਲਾਂਗੇ ਇੱਕ ਬਿਹਤਰੀਨ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਨ ਨੂੰ ਦੇਣੀ ਹੈ ਜਾਸਤਾ ਮਾਣੇ ਨਾਰਾ ਅੱਲਾ ਨਿਗਹਬਾਨ ਪਾਕਿਸਤਾਨ ਜ਼ਿੰਦਾਬਾਦ ਪਾਕ ਆਰਮੀ ਜ਼ਿੰਦਾਬਾਦ